ਬ੍ਰਦਰ ਆਇਆ ਕਿਸ ਤਰ੍ਹਾਂ ਹੋਇਆ ਤੇ ਕੀ ਸਾਰਾ ਵਾਕਿਆ ਹੋਇਆ? ਮੈਨੂੰ ਫੋਨ ਗਿਆ ਸੀਗਾ ਜੀ, ਉਹਨਾਂ ਦੇ ਅੰਡਰ ਅਸਿਸਟੈਂਟ ਸਰਵੇਅਰ ਕੰਮ ਕਰ ਰਹੇ ਸੀਗੇ। ਉਹਨਾਂ ਨੇ 11:05 'ਤੇ ਮੈਨੂੰ ਕਾਲ ਕਰੀ ਆ। ਮੈਂ ਡਾਇਰੈਕਟ ਹੋਸਪਿਟਲ ਪਹੁੰਚਿਆ। ਹੋਸਪਿਟਲ ਪਹੁੰਚਣ 'ਤੇ ਡਾਕਟਰਾਂ ਨੇ ਡੈੱਡ ਦਾ ਕਰਾਰ ਦਿੱਤਾ ਜੀ। ਬਾਕੀ ਮੌਕੇ 'ਤੇ ਲਿਆਏ ਨਾਲ ਜੋ ਅਸਿਸਟੈਂਟ ਸਰਵੇਅਰ ਦੱਸ ਰਹੇ ਨੇ ਕਿ ਕੋਈ 10 ਏਕੜ ਦੂਰ ਸੀਗੇ, ਫਾਇਰਿੰਗ ਦੀ ਆਵਾਜ਼ ਸੁਣੀ ਆ, 3 ਗੋਲੀਆਂ ਦੀ ਆਵਾਜ਼ ਸੁਣੀ ਆ, ਔਰ ਨਾਲ ਦੀ ਨਾਲ ਹੀ ਉਹ ਗੱਡੀ ਮਤਲਬ ਭਜਾ ਕੇ ਲੈ ਗਈ। ਛਾਤੇ ਬੰਦੇ ਸੀਗੇ, ਪਤਾ ਨਹੀਂ ਲੱਗਦਾ। ਛਾਤੀ ਜੀ ਦੱਸ ਬ੍ਰਦਰ ਸਾਡੇ? ਹਾਂਜੀ ਹਾਂ, ਮੈਰਿਡ ਸੀਗੇ, 2 ਬੱਚੇ ਆ ਛੋਟੇ ਛੋਟੇ ਉਹਨਾਂ ਦੇ, ਅਤੇ ਵੱਡੀ ਵੀ ਕੋਈ ਕਿਸੇ ਨਾਲ ਕੋਈ ਰੰਜਿਸ਼ ਪਿਆਰੀ ਦਾ? ਕਿਸੇ ਪ੍ਰਕਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੋਈ। ਆਪਣਾ ਕੰਮ ਕਰਦੇ ਸੀਗੇ ਡੇਲੀ ਡਿਊਟੀ ਦੇ, ਔਰ ਘਰ ਇਸ ਤਰ੍ਹਾਂ ਦੀ ਕਿਸੇ ਨਾਲ ਹੈ ਨਹੀਂ ਸੀਗੀ। ਜਿਸ ਜਗ੍ਹਾ ਦਾ ਇੰਸੀਡੈਂਟ ਹੋਇਆ ਉੱਥੇ ਕੈਂਟੀ ਨਿਊਜ਼ ਆ ਰਹੇ ਸੀਗੇ? ਹਾਂਜੀ, ਜਿਸ ਜਗ੍ਹਾ ਦਾ ਇੰਸੀਡੈਂਟ ਹੋਇਆ ਬੋਲੀਆਂ ਮਾਰ ਕੇ ਉਹਨੇ ਵੱਡੀ ਫੋਹਰੇ ਲੈ ਗਏ ਆ ਤੁਹਾਡੇ ਬ੍ਰਦਰ ਦੀ, ਅਤੇ ਉਹ ਉਸ ਥਾਂ ਦੇ ਉੱਪਰ ਕੰਟੀਨਿਊਜ਼ ਆ ਰਹੇ ਸੀ ਉਹ? ਹਾਂ, ਪਹਿਲਾਂ ਕੰਟੀਨਿਊ ਹੀ ਕੰਮ ਕਰ ਰਹੇ ਸੀਗੇ। ਨੈਸ਼ਨਲ ਹਾਈਵੇ ਨਵਾਂ ਨਿਕਲ ਰਿਹਾ, ਉਹਦੀ ਗ੍ਰਾਫਿਕਲ ਸਰਵੇ ਕੀਤਾ, ਆਫਟਰ ਦੈਟ ਗਰਾਊਂਡ 'ਤੇ ਲੈ ਕੇ ਆ ਰਹੇ ਸੀ ਡਰਾਇੰਗ, ਲੇਆਊਟ ਵਗੈਰਾ ਚੱਲ ਰਹੀ ਸੀਗੀ, ਲੈਪਟੋਪ 'ਤੇ ਕੰਮ ਕਰ ਰਹੇ ਨੇ। ਅਤੇ ਗੱਡੀ ਵੀ ਨਵੀਂ ਲਈ ਸੀ? ਗੱਡੀ ਨਵੀਂ ਲਈ ਸੀਗੀ, 2 ਮਹੀਨੇ ਹੋਏ ਸੀਗੇ, ਜਿਹਦਾ ਨੰਬਰ ਆ PB46 AG 1770। ਬਲੈਰੋ ਨਵੀਂ ਗੱਡੀ ਸੀ, ਵਾਈਟ ਕਲਰ ਸੀਗਾ, ਔਰ ਗੱਡੀ ਲੈਣ ਦੇ ਚੱਕਰ 'ਚ ਉਹ ਕਹਿ ਲਓ ਕਿ ਗੋਲੀ ਚੱਲੀ ਆ। ਇੰਨਾ ਪਤਾ ਚੱਲਿਆ ਕਿੰਨੇ ਜਿਹੜੇ ਹਮਲਾਵਰ ਸੀ ਜਿਹੜੇ ਹਥਿਆਰ ਵਾਲੇ? ਨਹੀਂ, ਕਲੀਅਰ ਹੋ ਪਾਇਆ, ਪੁਲਿਸ ਰਿਪੋਰਟ ਆਉਣ ਤੋਂ ਬਾਅਦ ਕਲੀਅਰ ਹੋ ਗਿਆ। ਕੀ ਮੰਨ ਰਿਹਾ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਜੀ, ਜਿਹੜੇ ਇੱਧਰ ਜਿਹੜੇ ਹਮਲਾਵਰ ਹੈ ਰਹੇ ਜਿਨ੍ਹਾਂ ਨੇ ਤੁਹਾਡੇ ਬ੍ਰਦਰ ਨੂੰ ਗੋਲੀ ਮਾਰੀ ਆ ਜਾਣ ਤੋਂ ਉਹਨਾਂ ਨੂੰ ਕੀਤਾ, ਅਤੇ ਪੁਲਿਸ ਤੋਂ ਰਿਪੋਰਟ ਚਾਹੀਦੀ ਹੈ ਜੀ, ਪੂਰੀ ਤਰ੍ਹਾਂ ਰਿਸਰਚ ਹੋਵੇ। ਇਸ ਬਾਅਦ ਜੀ ਤੁਹਾਡੇ ਬੱਚੇ ਨੂੰ ਜਿਹੜਾ ਹਮਲਾਵਰ ਜਿਹੜੇ ਬੋਲੀ ਆ ਮਾਰ ਕੇ ਉਹਨਾਂ ਨੇ ਵੱਡੀ ਲੈ ਰਹੇ ਸੋਹਰੇ? ਹਾਂਜੀ, ਸਾਡੇ ਗੱਡੀ ਲੈ ਕੇ ਖੋ ਕੇ ਜੀ ਮਾਰ ਕੇ। ਪੁਲਿਸ ਦੇ ਉੱਚ ਅਧਿਕਾਰੀ ਤੋਂ ਕੀ ਤੁਹਾਨੂੰ ਮੰਨ ਚਾਹੀਦਾ, ਇਨਸਾਫ਼ ਦੀ ਜਿਸ ਤਰ੍ਹਾਂ ਮੰਨ ਰੱਖਦੇ ਹੋ, ਪੁਲਿਸ ਦੇ ਉੱਚ ਅਧਿਕਾਰੀ ਤੋਂ ਕਿਸ ਤਰ੍ਹਾਂ ਦੀ ਮੰਨ ਰੱਖਦੇ ਆ? ਗੱਲ ਹੈ ਜੀ, ਮੰਗ ਇਹੋ ਹੀ ਆ, ਤੁਸੀਂ ਕੀ ਰੱਖਦੇ? ਆਪਾਂ ਮੰਗ ਜੇ ਫੜ ਕੇ ਤਾਂ ਅਸੀਂ ਇਹਨੇ ਸਰਕਾਰ ਉਹਨਾਂ ਨੂੰ ਸਰਕਾਰ ਬੜੇ ਸਾਡਾ ਮਾਜਬਾ ਦੇਵੇ, ਉਹਨਾਂ ਨੇ ਕਹਿੰਦੇ ਕਿ ਬੱਚੇ ਉਹਦੇ ਕੀ ਕਰਨਗੇ, ਕੀ ਕਰਨਗੇ ਉਹ? ਸਰਕਾਰ ਤੋਂ ਮੰਗ ਇਹੋ ਹੀ ਆ ਵੀ ਉਹਨਾਂ ਨੂੰ ਫੜ ਕੇ ਅਤੇ ਸਾਡੇ ਅਸੀਂ ਤਾਂ ਉਹਨਾਂ ਨੂੰ ਫਾਂਸੀ ਦੇ ਦੇਵੇ, ਅਤੇ ਇਹਦਾ ਛੋਟੇ ਛੋਟੇ ਬੱਚੇ ਆ ਪਾਲਣ ਵਿਚਾਰੇ ਦੇ, ਛੋਟੇ ਛੋਟੇ ਨਿੱਕੇ ਨਿੱਕੇ ਬੱਚੇ ਰਹਿ ਗਏ, ਇਹਨਾਂ ਨੂੰ ਗੌਰਮੈਂਟ ਕੋਈ ਮਾਜਬਾ ਦੇਵੇ ਹੁਣ। ਬਹੁਤ ਧੱਕਾ ਆ, ਬਹੁਤ ਜ਼ਿਆਦਾ ਧੱਕਾ, ਐਡਾ ਬੰਦਾ ਬੀਬਾ ਜੰਮਦਾ ਨਹੀਂ ਜਿੰਨਾ ਉਹ ਬੀਬਾ ਮੁੰਡਾ ਹੈ। ਮੇਰਾ ਪੁੱਤ ਤੁਹਾਡੇ ਬੱਚੇ ਦੀ ਦੁਸ਼ਮਣੀ ਤਾਂ ਨਹੀਂ ਸੀ ਕਿਸੇ ਨਾਲ? ਨਹੀਂ ਜੀ, ਦੁਸ਼ਮਣੀ ਦੁਸ਼ਮਣੀ ਤਾਂ ਨਹੀਂ ਸੀ, ਮੇਰੇ ਬੱਚੇ ਲੈਕ ਬੜੇ ਲੈਕ, ਬਹੁਤ ਦੁਸ਼ਮਣੀ ਕਿਸੇ, ਆਪਣਾ ਕੰਮ ਕਰਦੇ ਇਹ ਦਿਨ ਰਾਤ। ਇੱਕ ਇੱਕ ਪੂਰ ਐਕਸੀਅਨ ਨੈਸ਼ਨਲ ਹਾਈਵੇ ਡਿਵੀਜ਼ਨ ਜਲੰਧਰ, ਜੋ ਅੱਜ ਇੰਸੀਡੈਂਟ ਹੋਇਆ ਹੈਗਾ ਉਹਦੇ ਸੰਬੰਧ ਦੇ ਵਿੱਚ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਪੂਰਥਲਾ ਬਾਈਪਾਸ ਦਾ ਸਰਵੇ ਜੋ ਸਾਡੇ ਦਫ਼ਤਰ ਦੇ ਅਧੀਨ ਚੱਲ ਰਿਹਾ ਹੈਗਾ, ਇਹ AI Cons ਕੰਪਨੀ ਨੂੰ ਅਸੀਂ ਸਰਵੇ ਦਾ ਕੰਮ ਦਿੱਤਾ ਹੋਇਆ ਸੀਗਾ, ਜਿਹਨਾਂ ਸੈਵਲਟ ਕੀਤਾ ਹੋਏਗਾ ਫਰਦਰ ਬਲਵਿੰਦਰ ਸਿੰਘ ਜੋ ਮੌਕੇ 'ਤੇ ਕੰਮ ਕਰ ਰਹੇ ਸੀਗੇ, ਪਰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਮੌਕੇ 'ਤੇ ਗੋਲੀ ਮਾਰ ਕੇ ਫਰਾਰ ਹੋ ਗਏ, ਉਹਨਾਂ ਦੀ ਗੱਡੀ ਜਿਹੜੀ ਹੈਗੀ ਆ, ਬਾਕੀ ਪੁਲਿਸ ਕਾਰਵਾਈ ਹਾਲੇ ਚੱਲ ਰਹੀ ਹੈ। Subscribe to our YouTube channel News DNN by clicking the bell icon. Don't forget to like, comment and share.